Assalamu alaikum guys, welcome to Muzzy's kitchen. ਇਹ ਮਾਰਾ ਪਹਿਲਾ ਵਲੌਗ ਹੈ ਸੋ ਮੈਂ ਸੋਚਿਆ ਘਰੇ ਲੈ ਤਾਂ ਬਣਾਉਣੇ ਰਹਿਣੇ ਕੁਝ ਨਾ ਕੁਝ ਅੱਜ ਮੈਂ ਕੁਝ ਟਰਾਈ ਕਰਨਾ ਤੇ ਘਰੇ ਲੈ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਨੇ ਆ ਸੋ ਅੱਜ ਮਾਰੇ ਦਿਮਾਗੇ ਚ ਆਇਆ ਸੀ ਚਲੋ ਟਰਾਈ ਕਰਨੇ ਆ ਪਾਸਤਾ ਬਣਾਉਣੇ ਨੇ ਨਾਓ ਲੋਟ ਆਫ ਪੀਪਲ ਹੈਵ ਡਿਫਰੈਂਟ ਚੋਇਸਿਸ ਆਫ ਪਾਸਤਾ ਵੈਦਰ ਇਟਸ ਟਿਊਨਾ ਪਾਸਤਾ ਟਿਊਨਾ ਸਵੀਟ ਕੋਰਨ ਵੈਜੀਟੇਬਲ ਪਾਸਤਾ ਕੀਮੇ ਵਾਲਾ ਪਾਸਤਾ ਮੈਂ ਕਿਆ ਪਸੰਦ ਕਰਦਾ ਚਿਕਨ ਵਾਲਾ ਪਾਸਤਾ ਸੋ ਅੱਜ ਚਿਕਨ ਵਾਲਾ ਪਾਸਤਾ ਟਰਾਈ ਕਰਨੇ ਆ ਅੱਛਾ ਸੋ ਕੀ ਇੰਗਰੀਡੀਐਂਟਸ ਦੱਸਾਂ ਚਟਪਟਾ ਮੁਜ਼ੀ ਸਟਾਈਲ ਚਿਕਨ ਪਾਸਤਾ ਸੋ ਮੁਜ਼ੀ ਨੇ ਚਟਪਟੇ ਪਾਸਤੇ ਅਸਰ ਮੈਂ ਸੋ ਕੀ ਇੰਗਰੀਡੀਐਂਟਸ ਪਹਿਲੇ ਦੱਸੀ ਛੋਣਾ ਪਾਸਤਾ ਜਿਹੜਾ ਮੈਂ ਪਹਿਲੇ ਵਾਲੀ ਕੇ ਤਿਆਰ ਕਰੀ ਛੋੜਿਆ ਮੈਂ ਹੱਥ ਤੁਸਾਂ ਵਾਸਤੇ ਆਸਾਨੀ ਹੋਈ ਜਾਏ ਪਹਿਲੇ ਅਗਰ ਤੁਸਾਂ ਪਾਸਤਾ ਵਾਲੀ ਕੇ ਤਿਆਰ ਕਰੀ ਛੋੜੋ ਹਰ ਇੱਕ ਬੰਦੇ ਵਾਸਤੇ ਆਸਾਨੀ ਹੋਈ ਜਾਣੀ ਕਿਉਂਕਿ ਫਿਰ ਬਾਕੀ ਨਾ ਤੁਹਾਨੂੰ ਫੋਕਸ ਜਿਹੜਾ ਮਸਾਲੇ ਪਰ ਹੋਈ ਜਾਣਾ ਠੀਕ ਹੈ ਸੋ ਪਾਸਤਾ ਅਸਾਂ ਤਿਆਰ ਹੈ ਵਾਲਿਆ ਵਾ ਅੱਛਾ ਤੁਸਾਂ ਕੀ ਦੱਸਣੇ ਆ ਦੋ ਮੀਡੀਅਮ ਸਾਈਜ਼ ਪਿਆਜ਼ ਮੈਂ ਕੱਟੇ ਨੇ ਠੀਕ ਹੈ ਦੋ ਸਮਾਲ ਪੈਪਰਸ ਕੱਟੀਆਂ ਨੇ ਦੋ ਹਰੀਆਂ ਮਿਰਚਾਂ ਨਾਲ ਸਵੀਟ ਕੋਰਨ ਮਸਾਲੇ ਜਿਹੜੇ ਮੈਂ ਵਿੱਚ ਪਾਸਾਂ ਵੈਰੀ ਸਿੰਪਲ ਮਸਾਲੇ ਸਾਲਟ ਥੋੜ੍ਹਾ ਜਿਹਾ ਗਰਮ ਮਸਾਲਾ ਅਤੇ ਨਾਲ ਜਾਣ ਅੱਧੀ ਚਮਚ ਪਸਾਰ ਠੀਕ ਹੈ ਇਹ ਸਨ ਇੱਕ ਕਿਲੋ ਬੋਨਲੈਸ ਥਾਈ ਤਿਆਰ ਹੈ ਕੱਟਿਆ ਹੋਇਆ ਨਿੱਕੇ ਨਿੱਕੇ ਟੋਟੇ ਵਿੱਚ ਤੇਲ ਅਸਾਂ ਕੀ ਇੱਕ ਚਮਚ ਚਾਹੀਦੀ ਹੋ ਸੀ ਜਾਂ ਦੋ ਚਮਚ ਨਾ ਪਾਸਤੇ ਵਿੱਚ ਜ਼ਿਆਦਾ ਬੰਦੇ ਜੀਰਾ ਨਹੀਂ ਬਣੇ ਪਰ ਮੈਂ ਜੀਰਾ ਬਣਾਉਣਾ ਅਤੇ ਅਸਾਂ ਪਾਸਤਾ ਸੋਸ ਠੀਕ ਹੈ ਸੋ ਲੈਟਸ ਗੈਟ ਸਟਾਰਟਡ ਸੋ ਪਹਿਲੇ ਮੈਂ ਤੇਲ ਪਾਸਾਂ ਤਕਰੀਬਨ ਦੋ ਚਮਚ ਸੋ ਚਾਹੀਦੀ ਹੋ ਸਨ ਮੈਨੂੰ ਪਤਾ ਮੈਂ ਇੱਕ ਚਮਚ ਆਈ ਸੀ ਪਰ ਤਕਰੀਬਨ ਦੋ ਚਮਚ ਚਾਹੀਦੀ ਹੋ ਸਨ ਸੋ ਅਸਾਂ ਬਣਿਆ ਠੀਕ ਹੈ ਅਤੇ ਫਿਰ ਅਸਾਂ ਕਿਆ ਕਰਸਾਂ ਕਿ ਕੁਝ ਬੰਦੇ ਜਿਹੜੇ ਨੇ ਉਹ ਪਿਆਜ਼ ਕੱਲਾ ਫਰਾਈ ਕਰਨੇ ਮੈਂ ਪਿਆਜ਼ ਅਤੇ ਜਿਹੜੀਆਂ ਗ੍ਰੀਨ ਚਿਲੀਜ਼ ਲੈਣ ਨਾ ਉਹਨਾਂ ਕੀ ਮੈਂ ਗੱਠੀਆਂ ਵਿੱਚ ਪਾਸਾਂ ਠੀਕ ਹੈ ਸੋ ਇਹ ਹੋਈ ਗਿਆ ਪਿਆਜ਼ ਇਹ ਸਾਨੂੰ ਪਿਆਜ਼ ਵਿੱਚ ਪਈ ਗਿਆ ਠੀਕ ਹੈ ਅਤੇ ਨਾਲੇ ਗ੍ਰੀਨ ਚਿਲੀਜ਼ ਵਿੱਚ ਪਾਈ ਛੋ ਸਾਂ ਅਸਾਂ ਇਹਨਾਂ ਪਿਆਜ਼ ਅਤੇ ਗ੍ਰੀਨ ਚਿਲੀਜ਼ ਅਸਾਂ ਵਿੱਚ ਫਰਾਈ ਹੋਣੇ ਤਾਂ ਪਾਈ ਛੁੜੀਆਂ ਨੇ ਹੁਣ ਮੈਂ ਕਿਆ ਕਰਸਾਂ ਕੱਪ ਜ਼ਿਆਦਾਤਰ ਬੰਦੇ ਜੀਰਾ ਨਹੀਂ ਇਸਤੇਮਾਲ ਕਰਦੇ ਪਾਸਤੇ ਵਿੱਚ ਪਰ ਮੈਂ ਪਸੰਦ ਕਰਨਾ ਜੀਰਾ ਕੀਆਂ ਥੋੜ੍ਹਾ ਜਿਹਾ ਐਕਸਟਰਾ ਫਲੇਵਰ ਹੋਈ ਜਾਣਾ ਸੋ ਇਸ ਵਿੱਚ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਤਕਰੀਬਨ ਅੱਧੀ ਇੱਕ ਚਮਚ ਜੀਰੇ ਦੀ ਇਹ ਤੱਕੋ ਅੱਧੀ ਚਮਚ ਜੀਰੇ ਦੀ ਜ਼ਿਆਦਾ ਨਹੀਂ ਕ੍ਰਸ਼ ਕਰੀ ਕੇ ਕਿਉਂਕਿ ਜਿਹੜਾ ਕ੍ਰਸ਼ ਕਰੀ ਕੇ ਪਾਉਣੇ ਉਸ ਨਾਲ ਸਰੀ ਇਸ ਨੇ ਫਲੇਵਰ ਜਿਹੜੇ ਅਨਲੌਕ ਹੋਣੇ ਇਹਨਾਂ ਨੂੰ ਇਹ ਤੱਕੋ ਜੀ ਹੁਣ ਜਿਹੜਾ ਤੁਹਾਨੂੰ ਨੇੜਾ ਹੈ ਸੋਣਾ ਤੁਸਾਂ ਕੀ ਆਵਾਜ਼ ਹੋਈ ਸੀ ਤਿਰ ਤਿਰ ਦਾ ਇਹ ਤੱਕੋ ਆਹ ਆਵਾਜ਼ ਜੀਰੇ ਨਾ ਅੱਛਾ ਜੀ ਹੁਣ ਅਸਾਂ ਇਸ ਕੀ ਇਤਨੀ ਦੇਰ ਤੱਕ ਬਸ ਫਰਾਈ ਕਰਨਾ ਜਿੰਨੀ ਦੇਰ ਤੱਕ ਪਿਆਜ਼ ਥੋੜ੍ਹਾ ਜਿਹਾ ਸੌਫਟ ਹੋਈ ਜਾਏ ਅਤੇ ਥੋੜ੍ਹਾ ਜਿਹਾ ਗੋਲਡਨ ਬਰਾਊਨ ਹੋਣਾ ਸ਼ੁਰੂ ਹੋਈ ਪਿਆ ਜ਼ਿਆਦਾ ਨਹੀਂ ਆਂਡੀ ਨਹੀਂ ਅਸਾਂ ਬਣਾਉਣੀ ਪਾਸਤੇ ਨਾਲ ਸੋਸ ਬਣਾਉਣੇ ਆ ਫਿਰ ਇੱਕ ਹੋਰ ਚੀਜ਼ ਅਸਾਂ ਇੰਗਰੀਡੀਐਂਟਸ ਵਿੱਚ ਮੈਂ ਭੁੱਲੀ ਗਿਆ ਜਿਹੜਾ ਮੈਂ ਹੁਣ ਸੁਣ ਕੇ ਦੱਸਣਾ ਬਹੁਤ ਜ਼ਰੂਰੀ ਚੀਜ਼ ਭੁੱਲੀ ਗਿਆ ਉਹ ਕਿਆ ਹਰ ਇੱਕ ਪਾਸਤੇ ਡਿਸ਼ਾਂ ਵਿੱਚ ਗਾਰਲਿਕ ਅਤੇ ਜਿੰਜਰ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਅਸਾਂ ਪਿਆਜ਼ ਜਿਹੜਾ ਹੁਣ ਫਰਾਈ ਹੋਈ ਗਿਆ ਹੁਣ ਅਸਾਂ ਜਿਹੜੇ ਗਾਰਲਿਕ ਐਂਡ ਜਿੰਜਰ ਦੀ ਕਿਊਬ ਨੇ ਇਸ ਵਿੱਚ ਬਸ ਦੋ ਪਈ ਗਈਆਂ ਠੀਕ ਹੈ ਜੀ ਚਟਪਟਾ ਸਾਰਾ ਕੁਝ ਵਿੱਚੇ ਇਹ ਲਓ ਜੀ ਹੁਣ ਅਸਾਂ ਕਿਆ ਕਰਨਾ ਕਿ ਨਾਲੇ ਇਸੇ ਵੇਲੇ ਕਿਉਂਕਿ ਚਟਪਟਾ ਪਾਸਤਾ ਹੈ ਸਾਰਾ ਕੁਝ ਚਟਪਟਾ ਹੋਣਾ ਚਾਹੀਦਾ ਸਾਰੀ ਚਿਕਨ ਵਿੱਚੇ ਬਾਈ ਛੋੜੋ ਬਿਸਮਿਲ੍ਲਾ ਰਹਿਮਾਨ ਰਹੀਮ ਇਹ ਤਾਂ ਕੁਝ ਇਹ ਗੌਰ ਲਾਈਕ ਸੁਣ ਤੱਕ ਸੋ ਗਾਰਲਿਕ ਅਤੇ ਜਿੰਜਰ ਦੀਆਂ ਟਿੱਕੀਆਂ ਜਿਹੜੀਆਂ ਨੇ ਇਹ ਗਲੀਆਂ ਸ਼ੁਰੂ ਹੋਈ ਪਈਆਂ ਆਲਰੇਡੀ ਲਓ ਜੀ ਹੁਣ ਅਸਾਂ ਚਿਕਨ ਤਿਆਰ ਹੋਈ ਗਈ ਇਹ ਤੱਕ ਕੀ ਕਹਿਣਾ ਥੋੜ੍ਹਾ ਜਿਹਾ ਫਰਕ ਰਹਿਣਾ ਇਸ ਦੇ ਵਿੱਚ ਪਰ ਉਹ ਫਰਕ ਜ਼ਰੂਰੀ ਹੈ ਕਿਉਂਕਿ ਅਸਾਂ ਪੈਪਰਸ ਕਿਉਂ ਟਾਈਮ ਦੇਣਾ ਸੋ ਪੈਪਰਸ ਵੀ ਅਸਾਂ ਐਡ ਕਰਨੇ ਆ ਪਏ ਵਿੱਚ ਠੀਕ ਹੈ ਪੈਪਰਸ ਵੀ ਐਡ ਹੋਈ ਗਈਆਂ ਤਾਂ ਹੁਣ ਅਸਾਂ ਪੈਪਰਸ ਕੀ ਥੋੜ੍ਹਾ ਜਿਹਾ ਟਾਈਮ ਦੇਸਾਂ ਵਿੱਚ ਮਿਕਸ ਹੋਣੇ ਤੇ ਤੱਕੋ ਨਾ ਕਿਤਨਾ ਸੋਹਣਾ ਰੰਗ ਹੋਈ ਗਿਆ ਕਹੇ ਵਾਲੇ ਮਿੰਟ ਦੋ ਮਿੰਟ ਇਹਨਾਂ ਕੀ ਕੁੱਕ ਹੋਣ ਦੇ ਸਨ ਥੋੜ੍ਹੀਆਂ ਜਿਹੀਆਂ ਸੌਫਟ ਹੋਈ ਜਾਂ ਸਨ ਤਾਂ ਫਿਰ ਅਸਾਂ ਸਵੀਟ ਕੋਰਨ ਵਿੱਚ ਪਾਸਾਂ ਲਓ ਜੀ ਅਸਾਂ ਮਿੰਟ ਹੋਈ ਗਿਆ ਤਾਂ ਪੈਪਰਸ ਵੀ ਠੀਕ ਹੋਈ ਗਈਆਂ
ਹੁਣ ਅਸਾਂ ਬਸ ਸਵੀਟ ਕੋਰਨ ਵਿੱਚ ਪਾਉਣੇ ਆਪਣੇ ਐ ਤਾਂ ਕੋਈ ਜੀ ਸਵੀਟ ਕੋਰਨ ਵੀ ਸਾਨੂੰ ਵਿੱਚ ਪਈ ਗਿਆ ਠੀਕ ਹੈ ਐ ਲਓ ਜੀ ਸਵੀਟ ਕੋਰਨ ਵਿੱਚ ਪਈ ਗਿਆ ਜੀ ਹੁਣ ਅਸਲ ਟਾਈਮ ਆਇਆ ਪਾਸਤੇ ਸੋਸ ਨਾਲ ਠੀਕ ਹੈ ਬਿਸਮਿਲ੍ਲਾਹ ਰਹਿਮਾਨ ਰਹੀਮ That doesn't sound very healthy, does it? ਥੋੜਾ ਥੋੜਾ ਕਰੀ ਕੇ ਬਾਈਨਾ ਤਾਂ ਕਿ ਤੱਕੀ ਕਿਣਾ ਕਿ ਕਿਤਨਾ ਵਿੱਚ ਪੈਣਾ ਯੂ ਡੋਨਟ ਵਾਂਟ ਟੂ ਸੋਸੀ ਬਹੁਤ ਜ਼ਿਆਦਾ ਸੋਸੀ ਨਹੀਂ ਠੀਕ ਜ਼ਬਰਦਸਤ ਆਈ ਥਿੰਕ ਦੈਟਸ ਰਾਈਟ ਲਓ ਜੀ ਅਸਾਂ ਦਾ ਸੋਸ ਵੀ ਹੁਣ ਠਿਕ ਹੋਈ ਗਿਆ ਤੱਕੀ ਕਿਣਾ ਤਾਂ ਹੁਣ ਆਇਆ ਉਹ ਟਾਈਮ ਸੋ ਕਿ ਸੀਕਰਟ ਇਨਗਰੀਡੀਐਂਟਸ ਉਸਨੇ ਨਾਲ ਸੀਕਰਟ ਇਨਗਰੀਡੀਐਂਟਸ ਇਤਨਾ ਸੀਕਰਟ ਹੈ ਕਿ ਅਗਰ ਤੁਹਾਨੂੰ ਕਿ ਪਤਾ ਲਈ ਪਿਆ ਤਾਂ ਤੁਹਾਨੂੰ ਆਖਸੋ ਮੈਂ ਪਹਿਲੇ ਕੁੱਥੇ ਸਾਂ ਸੀਕਰਟ ਇਨਗਰੀਡੀਐਂਟਸ ਪਾਸਤੇ ਸੋਸ ਵਿੱਚ ਬਣਨ ਵਾਸਤੇ ਇਹ ਚੀਜ਼ ਹੈ ਓਰੇਗਾਨੋ ਮੈਂ ਨਾ ਤੁਹਾਨੂੰ ਥੋੜ੍ਹੀ ਜਿਹੀ ਬਸ ਹੋਣਾ ਇਤਨੀ ਜ਼ਬਰਦਸਤ ਤੁਸੀਂ ਪਾਸਤੇ ਵਿੱਚੋਂ ਖੁਸ਼ਬੂ ਸੀ ਨਾ ਇਸ ਦਾ ਪਤਾ ਲੱਗ ਸੀ ਤੁਸੀਂ ਘਰ ਨਹੀਂ ਬਣਾਇਆ ਤੁਸੀਂ ਕੋਈ ਇਟਲੀ ਵਿੱਚ ਬੈਠੇ ਹੋ ਮਜ਼ਾਕ ਨਾ ਕਰਨਾ ਟਰਾਈ ਕਰੇ ਸੋ ਪਤਾ ਲੱਗ ਸੀ ਤੇ ਦਵਾ ਵਿੱਚ ਯਾਦ ਰੱਖਿਆ ਫਿਰ ਲਾ ਸੋ ਇਸਨੇ ਜ਼ਿਆਦਾ ਨਹੀਂ ਪਾਉਣਾ ਇਹ ਤਾਂ ਕੀ ਕਰਾਂ ਮੈਂ ਕਿਤਨਾ ਪਾਉਣਾ ਪਿਆ ਇਹ ਬਸ ਬਸ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਹੁਣ ਜਿਹੜਾ ਤੁਸੀਂ ਮਿਕਸ ਕਰ ਸੋ ਨਾ ਇਸਕੀ ਸਮੈਲ ਕਰਨੀ ਆ ਓਏ ਹੋਏ 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 ਠੀਕ ਹੈ ਜੀ ਹੁਣ ਆਇਆ ਟਾਈਮ ਅਸਾਂ ਪਾਸਤੇ ਦਾ ਪਾਸਤਾ ਵੀ ਅਸਾਂ ਵਿੱਚੇ ਸੁੱਟ ਸਾਂ ਠੀਕ ਹੈ ਬਿਸਮਿਲ੍ਲਾਹ ਰਹਿਮਾਨ ਰਹੀਮ ਇਹ ਤਾਂ ਹੁਣ ਤੁਹਾਨੂੰ ਬੋਟੀਆਂ ਉੱਪਰ ਚੜ੍ਹਨੀਆਂ ਪਈਆਂ ਪਾਸਤੇ ਸੋਸ ਵਿੱਚ ਪਾਸਤੇ ਕੀ ਮਿਕਸ ਹੋਣ ਦਿੱਤਾ ਹੁਣ ਅਸਾਂ ਕਿਆ ਕਰਸਾਂ ਇਸਕੀ ਡਿਸ਼ਾਂ ਵਿੱਚ ਪਾਉਣੇ ਹਾਂ ਠੀਕ ਹੈ ਅੱਛੋ ਇਸਕੀ ਡਿਸ਼ਾਂ ਵਿੱਚ ਪਾਉਣੀ ਲਓ ਜੀ ਅਸਾਂ ਆਪਣੀ ਡਿਸ਼ ਕਿਹੜੀ ਆਉਂਦੀ ਡਿਸ਼ ਵੀ ਤਿਆਰ ਹੈ ਪਾਸਤਾ ਵੀ ਤਿਆਰ ਹੈ ਅੱਛੋ ਪਾਸਤੇ ਕੀ ਬਣੇ ਵਿੱਚ ਬਿਸਮਿਲ੍ਲਾਹ ਰਹਿਮਾਨ ਰਹੀਮ ਕਿ ਇਸਨੇ ਪਰ ਸਾਰੇ ਚੀਜ਼ ਬਣੀ ਹੈ ਚੀਜ਼ ਬਾਈਕ ਹੈ ਇਸਕੀ 10 ਮਿੰਟ ਵਾਸਤੇ ਓਵਨੇ ਵਿੱਚ ਰੱਖਣਾ ਹੈ ਇਤਨੀ ਦੇਰੀ ਤੱਕ ਸਾਰੀ ਚੀਜ਼ ਉੱਪਰ ਮੈਲਟ ਹੋਈ ਜਾਸੀ ਤਾਂ ਅੰਦਰੋਂ ਪਾਸਤਾ ਵੀ ਸਾਰਾ ਗਰਮਾ ਗਰਮ ਹੋਈ ਜਾਸੀ ਕਮੈਂਟਸ ਵਿੱਚ ਜ਼ਰੂਰ ਦੱਸਿਆ ਹੈ ਕਿ ਮੁਜ਼ੀ ਨਾਲ ਚਟਪਟਾ ਪਾਸਤਾ ਤੁਹਾਨੂੰ ਪਸੰਦ ਆਇਆ ਜਾਂ ਨਹੀਂ ਆਇਆ ਠੀਕ ਹੈ ਤਾਂ ਇਤਨੀ ਦੇਰੀ ਵਿੱਚ ਮਿਗੀ ਵੀ ਦੁਆ ਵਿੱਚ ਯਾਦ ਰੱਖਿਆ ਤਾਂ ਪਲੀਜ਼ ਮਾੜੇ ਚੈਨਲ ਉੱਪਰ ਸਬਸਕ੍ਰਾਈਬ ਨਾ ਬਟਨ ਦਬਾਈ ਜਿਓ ਉਹ ਬੈਲ ਆਈਕੋਨ ਦਬਾਈ ਜਿਓ ਤਾਂ ਸ਼ੇਅਰ ਵੀ ਜ਼ਰੂਰ ਕਰੀ ਜਿਓ ਠੀਕ ਹੈ ਦੁਆ ਵਿੱਚ ਯਾਦ ਰੱਖਿਆ ਅੱਲਾਹ ਹਾਫਿਜ਼